ਉਹ ਬਿੱਲੇ ਅੱਜ ਅੱਗੇ ਵਾਲੀ ਗੱਲ ਲੱਗਦੀ ਨਹੀਂ ਯਾਰ, ਕਿਵੇਂ ਉਦਾਸ ਜਾ ਬੈਠਾ ਹੈ? ਉਹ ਯਾਰ ਮਨ ਬਹੁਤ ਉਦਾਸ ਹੋਇਆ ਪਿਆ। ਕੱਲ੍ਹ ਮੀਂਹ ਪੈ ਗਿਆ, ਜਿਹੜੀ ਸਾਰੀ ਵਿਛ ਗਈ। ਉਹ ਕੋਈ ਨਾ ਬਿੱਲਿਆ, ਤੂੰ ਚਿੰਤਾ ਨਾ ਕਰ ਪੈਗਲਾ। ਆਹੋ ਹੋ ਜੂਗਾ ਹੱਲ ਆਪੇ, ਚਿੰਤਾ ਨਾ ਕਰ ਤੂੰ। ਕਾਹਨੂੰ ਯਾਰ, ਗੱਠ ਗੱਠ ਪਾਣੀ ਖੜਾ ਜੀਰੀ 'ਚ, ਪਰ ਉਹ ਤੇਲਾ ਲੱਗਿਆ ਹੋਇਆ ਸੀ। ਉਹ ਨਾ ਸਾਲੇ ਗਵਾਂਢੀ ਵੱਢਣ ਦਿੰਦੇ ਨੇ ਆਪਣੇ ਵਾਲੀ 'ਚ, ਨਾਲੇ ਖਾਲੀ ਪਈ ਆ ਉਹਨਾਂ ਦੀ ਜ਼ਮੀਨ। ਉਹ ਤੂੰ ਐਂ ਦੱਸ, ਪਹਿਲਾਂ ਗਵਾਂਢੀ ਵੱਢਣੇ ਨੇ ਕਿ ਪਹਿਲਾਂ ਪਾਣੀ ਵੱਢਣਾ? ਉਹ ਨਾ ਨਾ ਬਾਈ, ਇਹੋ ਜਿਹਾ ਕੰਮ ਨਹੀਂ ਆਪਾਂ ਨੇ ਕਰਨਾ। ਉਹ ਆਹੀ ਗੱਲਾਂ ਤੋਂ ਤਾਂ ਤੁਸੀਂ ਮਾਰ ਖਾਂਦੇ ਹੋ ਯਾਰ, ਤੁਸੀਂ ਦਬੀ ਜਾਂਦੇ ਹੋ, ਅਗਲਾ ਹੋਰ ਦਬੀ ਜਾਂਦਾ। ਆਪਾਂ ਵੱਢਾਂਗੇ ਪਾਣੀ, ਦੇਖਦੇ ਹਾਂ ਕਿਹੜਾ ਰੋਕੂਗਾ। ਉਹ ਬੰਦੇ ਖਤਰਨਾਕ ਨੇ ਉਹ। ਉਹ ਸਾਤੋਂ ਖਤਰਨਾਕ ਤਾਂ ਨਹੀਂ ਹੋ ਗਏ, ਉਹ ਮੋਸਟ ਵਾਂਟਡਾਂ 'ਚ ਨਾਂ ਆਉਂਦਾ ਤੇਰੇ ਬਾਈ ਦਾ। ਤੂੰ ਦਬ ਨਾ ਬਿੱਲਿਆ, ਪੈਗਲਾ ਦੇਖੀ ਜਾਊ। ਆਹੋ ਇਹ ਬਿੱਲਾ ਨਹੀਂ ਟਲਦਾ ਹੈਗਾ ਯਾਰ, ਇਹਨੂੰ ਬਹੁਤ ਵਾਰੀ ਸਮਝਾ ਲਿਆ ਇਹਨੂੰ ਮੈਂ ਵੀ ਨਾ ਇਹ ਬੰਦੇ ਨਾਲ ਬੈਠਿਆ ਕਰ, ਅੱਜ ਫਿਰ ਝੋਸੇ ਨੇ ਦਾਰੂ ਬੈਠੇ ਉਰੇ। ਉਹ ਬਿੱਲੇ, ਉਹ ਗੱਲ ਸੁਣ ਮੇਰੀ ਉਰੇ ਆ। ਉਹ ਆ ਕਿੱਧਰੋਂ ਆ ਗਿਆ ਯਾਰ? ਆਉਣਾ ਬਾਈ, ਤੁਸੀਂ ਬੈਠੋ ਯਾਰ, ਮੈਂ ਆਉਣਾ। ਹਾਂ ਬਾਈ, ਕਿੱਧਰ ਫਿਰਦਾ? ਉਹ ਮੈਂ ਤਾਂ ਜੀਰੀ ਕਿੰਨੀ ਗੇੜਾ ਮਾਰਨ ਆਇਆ ਸੀ, ਇਹ ਤਾਂ ਦੇਖ ਲੈ ਗੋਡੇ ਗੋਡੇ ਪਾਣੀ ਖੜਾ, ਤੂੰ ਬੈਠਾ ਇੱਥੇ ਦਾਰੂਆਂ ਪੀਨਾ। ਉਹ ਬਾਈ ਜੀਰੀ ਦਾ ਵੀ ਹੱਲ ਹੋ ਗਿਆ। ਕਿਵੇਂ ਹੋ ਗਿਆ? ਅੱਜ ਮੇਰੇ ਯਾਰ ਮੇਰੇ ਨਾਲ ਨੇ, ਅਸੀਂ ਗਵਾਂਢੀਆਂ ਦੇ ਖੇਤ 'ਚ ਨੂੰ ਪਾਣੀ ਵੱਢਾਂਗੇ। ਉਹ ਤੂੰ ਰਹਿਣ ਦੇ ਇਹੋ ਜਿਹਾ ਕੰਮ ਨਾ ਕਰਦੀ। ਉਹ ਬਾਈ ਦੇਖੀ ਤੂੰ, ਹੋਰ ਹੱਲ ਵੀ ਕੀ ਆ ਫਿਰ? ਹੱਲ ਕੀ ਹੱਲ, ਆਪਦੇ ਆਪੇ ਕਰ ਦੂਗਾ ਰੱਬ, ਮਾੜੀ ਮੋਟੀ ਧੁੱਪਾਂ ਪੈਣਗੀਆਂ, ਆਪਦੇ ਆਪੇ ਚੱਕਿਆ ਜਾਊਗਾ ਪਾਣੀ। ਉਹ ਯਾਰ ਉਹਨਾਂ ਦਾ ਖੇਤ ਖਾਲੀ ਪਿਆ। ਉਹ ਖਾਲੀ ਪਿਆ, ਇੱਥੇ ਪੈਰੀਆਂ ਤਾਂ ਮੈਨੂੰ ਲਾਉਣੇ ਪੈਣਗੇ ਥਾਣੇ 'ਚ ਜਾ ਕੇ, ਤੂੰ ਆ ਕੰਮ ਕਰਕੇ ਪਰਾਂ ਹੋ ਜੀ। ਉਹ ਪਾਣੀ ਪੂਣੀ ਨਾ ਵੜਦੀ, ਉਧਰੋਂ ਬੰਦੇ ਬਹੁਤ ਹਰਾਮੀ ਨੇ ਉਹ। ਉਹ ਬਾਈ ਤੂੰ ਤਾਂ ਡਰਪੋਕ ਆ ਯਾਰ, ਐਵੇਂ ਡਰੀ ਜਾਂਦਾ, ਮੇਰੇ ਯਾਰ ਮੇਰੇ ਨਾਲ ਨੇ। ਉਹ 10 ਦਿਨ ਅਟ ਕੇ ਵੱਢ ਲਾਂਗੇ, ਧਰਤੀ ਸੁੱਕ ਜੂਗੀ ਨਾਲੇ। ਉਹ ਫਿਰ ਤਾਂ ਜੀਰੀ ਵੀ ਸੁੱਕ ਜੂ। ਨਾਲੇ ਚੁੱਪ ਕਰਕੇ ਘਰ ਨੂੰ ਆ ਜਾ, ਹੁਣ ਮੈਂ ਚੱਲਦਾ ਘਰ ਨੂੰ। ਚੰਗਾ ਆ ਜੂੰਗਾ। ਸ਼ੋਕਰਮ ਇੱਧਰੋਂ ਆ ਗਿਆ, ਨਹੀਂ ਤਾਂ ਸਾਲੇ ਨੇ ਸਿਆਪਾ ਛੇੜ ਦੇਣਾ ਸੀ ਕੋਈ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਾਰਤ ਦੇ ਬਿਗੇਸਟ ਗੇਮਿੰਗ ਪਲੇਟਫਾਰਮ ਬਿੰਜੋ ਬਾਰੇ, ਜਿੱਥੇ ਆਪਾਂ ਕ੍ਰਿਕਟ, ਲੂਡੋ, ਕਾਲ ਬ੍ਰੇਕ, ਪੂਲ ਜੇ ਵਰਗੀਆਂ 70+ ਗੇਮਾਂ ਖੇਲ ਸਕਦੇ ਹਾਂ ਅਤੇ ਜਿੱਤ ਸਕਦੇ ਹਾਂ 50 ਲੱਖ ਤੱਕ ਦੇ ਕੈਸ਼ ਪ੍ਰਾਈਜ਼। ਆਪਾਂ ਇੱਥੇ ਫ੍ਰੀ ਪੇਡ ਦੋਵੇਂ ਤਰੀਕੇ ਨਾਲ ਗੇਮਾਂ ਖੇਲ ਸਕਦੇ ਹਾਂ ਅਤੇ ਕ੍ਰਿਕਟ, ਫੁੱਟਬਾਲ ਦੇਖਣ ਵਾਲੇ ਆਪਣੀ ਫੰਟੈਸੀ ਟੀਮਸ ਵੀ ਬਣਾ ਸਕਦੇ ਹਨ। ਸਾਰੀਆਂ ਗੇਮਾਂ 'ਚ ਰੀਅਲ ਪਲੇਅਰ ਮਿਲਣਗੇ, ਜਿੱਤਣਾ ਬਹੁਤ ਸੌਖਾ ਆ ਅਤੇ ਆਪਣਾ ਸਾਰਾ ਕੈਸ਼ ਪ੍ਰਾਈਜ਼ ਆਪਾਂ ਈਜ਼ੀਲੀ ਵਿਦਡਰਾਅ ਕਰ ਸਕਦੇ ਹਾਂ ਪੇਟੀਐਮ UPI ਬੈਂਕ ਥਰੂ। ਇੱਥੇ ਬਿੰਜੋ ਸਟੋਰ ਵੀ ਆ ਜਿੱਥੇ ਤੁਹਾਨੂੰ ਮਿਲਣਗੇ ਫ੍ਰੀ ਫਾਇਰ ਡਾਇਮੰਡਸ ਇੰਡੀਆ ਦੇ ਚੀਪੈਸਟ ਪ੍ਰਾਈਜ਼ 'ਤੇ, ਔਰ ਬਿਗੈਸਟ ਬ੍ਰਾਂਡਸ ਲਾਈਕ ਮੰਤਰਾ, ਹੌਟ ਸਟਾਰ, ਡੋਮੀਨੋਜ਼, ETC ਦੇ ਡਿਸਕਾਊਂਟ, ਸੋ ਪੈਸਾ ਜਿੱਤੋ ਵੀ ਅਤੇ ਬਚਾਓ ਵੀ। ਔਰ 7 ਦਿਨ ਜਹਾਂ ਰੋਜ਼ ਸਪਿਨਰ ਘੁਮਾਉਣੇ ਪਰ KTM ਰੋਇਲ ਇਨਫੀਲਡ iPhone 13 ਵੀ ਜਿੱਤ ਸਕਦੇ ਹੋ, ਤਾਂ ਵੀ ਡਾਊਨਲੋਡ ਕਰੋ, ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਅਤੇ ਤੁਹਾਨੂੰ ਉੱਥੇ ਜਾ ਕੇ ₹50 ਦਾ ਡਿਸਕਾਊਂਟ ਮਿਲੂਗਾ। ਉਹ ਕੀ ਹੋ ਗਿਆ ਬਾਈ, ਖਾਸੀ ਉਹ ਬਹਿਸ ਜੀ ਹੋ ਗਈ ਸੀ। ਉਹ ਯਾਰ ਹੋਇਆ ਕੀ ਆ, ਬਾਈ ਕਹਿੰਦਾ ਪਾਣੀ ਨਹੀਂ ਵੱਢਣਾ। ਉਹ ਐਂ ਕਿਵੇਂ ਨਹੀਂ ਵੱਢਣਾ ਪਾਣੀ, ਕੱਲ ਨੂੰ ਬਾਈ ਕੁਛ ਹੋਰ ਕਹੂਗਾ ਯਾਰ, ਫਸਲ ਤਾਂ ਖਰਾਬ ਹੋ ਗਈ ਬਿੱਲੇ। ਉਹ ਯਾਰ ਐਂ ਤਾਂ ਮੈਂ ਕਹਿੰਦਾ ਤੇ ਉਹਨੂੰ, ਉਹਦਾ ਕਹਿੰਦਾ ਘਰ ਨੂੰ ਆ ਜਾ ਚੁੱਪ ਕਰਕੇ। ਲੈ ਘਰ ਨੂੰ ਆ ਜਾ ਚੁੱਪ ਕਰਕੇ, ਤਾਂ ਹੀ ਤਾਂ ਤੁਹਾਡੀ ਪਿੰਡ 'ਚ ਚੜ੍ਹਾਈ ਨਹੀਂ, ਸਾਡੇ ਪਿੰਡ ਜਾ ਕੇ ਦੇਖੀ, ਪੁੱਛ ਕੇ ਦੇਖੀਏ ਤੋ ਸਾਡੇ ਬਾਰੇ ਵੀ ਬੰਦੇ ਚੀਜ਼ ਕੀ ਨੇ। ਤੂੰ ਦਬ ਨਾ ਕਰ ਦਿੰਦੇ ਆ ਕੰਮ, ਨਾਲੇ ਤੂੰ ਬਾਈ ਪਿੱਛੇ ਲੱਗ ਕੇ ਤੂੰ ਆਪਣਾ ਘਰ ਪੱਟੇਗਾ, ਤੇਰਾ ਬਾਈ ਤਾਂ 40 ਸਾਲ ਦਾ ਹੋਇਆ ਪਿਆ ਯਾਰ, ਤੇਰੀ ਚੜ੍ਹਦੀ ਉਮਰ ਉਹ ਤਾਂ ਜਵਾਕ ਵੀ ਪੜ੍ਹਨ ਲੱਗੇ ਪਏ ਨੇ, ਤਾਂ ਪਤੰਦਰਾ ਹਲੇ ਜੰਮੇ ਵੀ ਨਹੀਂ। ਸਾਲਿਆ ਜੰਮੇਗਾ ਕਿੱਥੋਂ, ਵਿਆਹ ਤਾਂ ਹੋਇਆ ਨਹੀਂ, ਜੇ ਫਸਲ ਵੇਚੇਗਾ ਤਾਂ 4 ਪੈਸੇ ਹੋਣਗੇ, ਤਾਂ ਸਾਲਿਆ ਵਿਆਹ ਹੋਊਗਾ। ਸਹੀ ਗੱਲ ਆ ਬਾਈ ਤੇਰੀ, ਚੱਲ ਚੱਲੀਏ, ਭਾਈ ਪਿੱਛੇ ਲੱਗ ਕੇ ਫਸਲ ਵੀ ਨਹੀਂ ਬਰਬਾਦ ਕਰਾਉਣੀ। ਪਾਣੀ ਮੈਂ ਵੜਦਾ, ਜੇ ਤੈਨੂੰ ਡਰ ਲੱਗਦਾ ਤੂੰ ਬੈਠ ਇੱਥੇ। ਬਾਈ ਦੇਖੀ ਕਿਤੇ ਲੜਾਈ ਵਾਲਾ ਕੰਮ ਨਾ ਹੋ ਜੇ। ਉਹ ਲੜਾਈ ਵੇਲਿਆ ਤੇਰੇ ਭਾਅ ਦੀ ਪਹਿਲੀ ਵਾਰ ਹੋਊ, ਲੋਕਾਂ ਦੇ ਘਰੇ ਲੜਾਈ ਪਈ ਤੇ ਰੋਟੀ ਛੁੱਟਦੀ ਆ, ਅਸੀਂ ਲੜਾਈ ਪਈ ਤੇ ਰੋਟੀ ਸਵਾਦ ਨਾਲ ਖਾਂਦੇ ਆ। ਉਹ ਨਾਲੇ ਬਥੇਰਿਆਂ ਦੇ ਸਿਰ ਪਾੜੇ ਨੇ, ਇਹ ਵੀ ਦੇਖ ਲਾਂਗੇ। ਆਹੋ ਜਾ ਤੂੰ ਵੱਢ ਨਕਾ, ਜਾ ਤੂੰ ਨਾਲ ਵਗ ਜਾ, ਮੈਂ ਇੱਥੇ ਖੜਦਾ। ਬਾਈ
ਇੱਥੋਂ ਕਲੋਡ ਰਹੂ ਕੀ ਹਾਲ ਹੈ ਬਾਈ ਉਹ ਵਧੀਆ ਬਾਈ ਆਹ ਕੀ ਕਰਦੇ ਬਾਈ ਉਹ ਬਾਈ ਬਿੱਲੇ ਬਾਈ ਦੀ ਜੀਰੀ ਚੋਂ ਪਾਣੀ ਕੱਢਦੇ ਆ ਤੇਜੀ ਕੰਨੀ ਨੂੰ ਹਾਂ ਹਾਂ ਤੇਜੀ ਕੰਨੀ ਨੂੰ ਇਹ ਕੱਢ ਰਹੇ ਹਾਂ ਯਾਰ ਬਾਈ ਬੰਦੇ ਬੜੇ ਖਰਾਬ ਨੇ ਉਹ ਕੋਈ ਨਾ ਜੇ ਉਹ ਖਰਾਬ ਨੇ ਅਸੀਂ ਕਿਹੜਾ ਠੀਕ ਆ ਦੇਖੀ ਜਾਊ ਜੋ ਹੁੰਦਾ ਪਾਣੀ ਤਾਂ ਕੱਢਣਾ ਹੀ ਹੈ ਚੱਲ ਠੀਕ ਆ ਬਾਈ ਫਿਰ ਮਿਲਦੇ ਆ ਚੰਗਾ ਬਾਈ ਠੀਕ ਆ ਜੀ ਐ ਕਿਹੜਾ ਰੋਕ ਲੂ ਸਾਨੂੰ ਮੈਂ ਦੱਸਦਾ ਤੇਜੀ ਉਹਨਾਂ ਨੂੰ ਜਾ ਕੇ ਚੈੱਕ ਕਰਿਆ ਬਣਾਂਗਾ ਫਿਰ ਪਤਾ ਲੱਗੂ ਤੇਜੀ ਬਾਈ ਬਾਈ ਇਹ ਬਿੱਲੇ ਉਹਨਾਂ ਨੇ ਆਪਣੇ ਖੇਤ ਨੂੰ ਪਾਣੀ ਕੱਢਤਾ ਉਹ ਸਾਨੂੰ ਤਾਂ ਪੁੱਛਿਆ ਨੀ ਯਾਰ ਉਹ ਕਹਿੰਦੇ ਅਸੀਂ ਉਸ ਨੀ ਪੁੱਛਦੇ ਏਡੀ ਹਿੰਮਤ ਉਹਨਾਂ ਦੀ ਕੋਈ ਨਾ ਆਉਣਾ ਮੈਂ ਪ੍ਰਿੰਸ ਨੂੰ ਲੈ ਕੇ ਆ ਜਾ ਵੀਰੇ ਠੀਕ ਆ ਠੀਕ ਆ ਉਹ ਪ੍ਰਿੰਸ ਓਏ ਹਾਂ ਬਾਈ ਉਹ ਜੱਗਾ ਆਇਆ ਸੀ ਉਹ ਬਿੱਲੇ ਉਹਨਾਂ ਨੇ ਆਪਣੇ ਖੇਤ ਨੂੰ ਪਾਣੀ ਵੜਤਾ ਬਿਨਾਂ ਪੁੱਛੇ ਉਹ ਬਹੁਤ ਬਦਮਾਸ਼ ਜੇ ਬਣਦੇ ਨੇ ਕੱਢਣੀ ਪਊ ਬਦਮਾਸ਼ੀ ਉਹਨਾਂ ਦੀ ਚੱਲ ਆ ਕੇ ਮੋਟਰਸਾਈਕਲ ਆ ਡਾਂਗ ਚੱਕ ਕੇ ਲੈਣ ਦੇ ਅੱਜ ਚੱਕ ਲਾ ਯਾਰ ਮੀਂਹ ਨੇ ਬਾਹਲਾ ਨੁਕਸਾਨ ਕਰਤਾ ਉਹ ਯਾਰ ਸਾਡੇ ਵੀ ਬਹੁਤ ਪਾਣੀ ਭਰਿਆ ਪਿਆ ਉੱਥੇ ਹੋਰ ਯਾਰ ਸਾਡੇ ਆਲੂਆਂ ਦੇਖ ਲੈ ਇੱਥੇ ਤੇਰੇ ਸਾਹਮਣੇ ਹੀ ਆ ਬੁਰਾ ਹਾਲ ਕਰਤਾ ਯਾਰ ਮਹਿੰਗੇ ਭਾਅ ਦਾ ਬੀਜ ਲੈ ਕੇ ਪਾਇਆ ਸੀ ਅਸੀਂ ਵੀ ਹੁਣ ਜੀਰੀ ਵੱਢਣ ਨੂੰ ਦੇਖਦੇ ਆ ਵੀ ਕਦ ਸੁੱਕੂ ਕਦ ਵੱਢਾਂਗੇ ਹੁਣ ਤਾਂ ਬਈ 10 ਦਿਨ ਲੱਗ ਜਾਣਗੇ ਮੈਨੂੰ ਲੱਗਦਾ ਹਾਂ ਓਏ ਆ ਤੇਜੀ ਉਹਨੇ ਕਿਵੇਂ ਡਾਂਗ ਜੀ ਲਈ ਜਾਂਦੇ ਨੇ ਕੀ ਡਾਂਗ ਦੇਖੀ ਉਹਦੇ ਹੱਥ 'ਚ ਤਾਂ ਹੋਰ ਹੱਥ 'ਚ ਡਾਂਗਤੀ ਯਾਰ ਉਹਦੇ ਉਹ ਬਾਈ ਉਹ ਤਾਂ ਜਾਂਦੇ ਵੀ ਮੋਟਰ ਕੰਨੀ ਨੂੰ ਇਹਨੇ ਉਹ ਕਿਤੇ ਸਿਆਪਾ ਤਾਂ ਨਹੀਂ ਛੇੜਤਾ ਉਹਨੇ ਉਹ ਕੀ ਹੋ ਗਿਆ ਉਹ ਪਾਣੀ ਵੱਢਣ ਨੂੰ ਗਿਆ ਸੀ ਉਹਦਾ ਤੇਜੀ ਉਹਨਾਂ ਜ਼ਮੀਨ 'ਚ ਨੂੰ ਸੋਡੇ ਵਾਲਾ ਆਹੋ ਉਹ ਚੱਲ ਉਹ ਬਾਈ ਦੇਖੀ ਉਹਨਾਂ ਨੂੰ ਚਲੋ ਦੇਖੀ ਚੱਲ ਆ ਜਾਓ ਚੱਲ ਚੱਲ ਹੱਕ ਕਰਾ ਉਹ ਵੜਤਾ ਜੱਸਿਆ ਪਾਣੀ ਹਾਂ ਹਾਂ ਉਹਨੂੰ ਕਹਿਤਾ ਦੋ ਚਾਰ ਨੱਕੇ ਹੋਰ ਖੋਲ ਦੇ ਆਹੋ ਖੜਦੇ ਆਪਾਂ ਇਹਨੇ ਉਰੇ ਇਹਦਾ ਕਿਹੜਾ ਆਉਂਦਾ ਵੱਡੇ ਬੈਲੀਆਂ ਚੋਂ ਪਾਣੀ ਵੱਢਦੇ ਹੋ ਤੁਸੀਂ ਵੱਢ ਰਿਹਾ ਓਏ ਦੱਸ ਕੀ ਦੁੱਖਾ ਉਹ ਸਾਡੀ ਜ਼ਮੀਨ ਆ ਕਿਤੋਂ ਪੁੱਛ ਕੇ ਵੱਢਦੇ ਹੋ ਪਾਣੀ ਉਹ ਨਾ ਨਾ ਬਾਈ ਅਸੀਂ ਕਾਹਨੂੰ ਪਾਣੀ ਵੱਢਦੇ ਆ ਯਾਰ ਉਹ ਤਾਂ ਬਿੱਲਾ ਪਾਣੀ ਵੱਢਦਾ ਸੀ ਤੋਂ ਪੈਸੇ ਲੈਣ ਤੇ ਤਾਂ ਆਏ ਸੀ ਓਏ ਉਹ ਤਾਂ ਮਲੰਕਾ ਸਾਲਾ ਇਹ ਨਹੀਂ ਦਿੰਦੇ ਕਿਸੇ ਦੇ ਪੈਸੇ 10000 ਤੋਂ ਮੈਂ ਲੈਣਾ ਮੇਰਾ ਵਸਿਆ ਪਿਆ ਉਹ ਅੱਛਿਆ ਬਾਈ ਤੁਸੀਂ ਕਰ ਲਓ ਆਪਣਾ ਹਿਸਾਬ ਕਿਤਾਬ ਅਸੀਂ ਸਾਡੇ ਮਾਰੋ ਉਹਨੂੰ ਹੱਕ ਉਹ ਪਾਣੀ ਕਿਤੇ ਪੁੱਛ ਕੇ ਵੱਢਿਆ ਸਾਡੇ ਖੇਤ ਨੂੰ ਰਿਆ ਕਰੀਆ ਤੇਰਾ ਇੰਜਣ ਸਾਰਾ ਆਜਾ ਆਜਾ ਤੈਨੂੰ ਅਸੀਂ ਸਮਾਰਦੇ ਆ ਸਾਲਾ ਬੜੇ ਬਦਮਾਸ਼ ਨੂੰ ਉਹ ਪਾਣੀ ਕਿਤੋਂ ਪੁੱਛ ਕੇ ਵੱਢਿਆ ਨਾ ਸਾਡੀ ਜ਼ਮੀਨ 'ਚ ਨੂੰ ਐ ਤੁਹਾਨੂੰ ਦੁੱਖ ਕੀ ਆ ਓਏ ਸਾਲਾ ਸਾਡੀ ਜ਼ਮੀਨ ਆ ਸਾਡੀ ਜ਼ਮੀਨ 'ਚ ਨੂੰ ਸਾਤੋਂ ਪੁੱਛੇ ਬਿਨਾ ਪਾਣੀ ਵੱਢਤਾ ਤੈਨੇ ਮੈਂ ਆਪਣੀ ਜੀਰੀ ਨਹੀਂ ਖਾਲੀ ਕਰਨੀ ਫਿਰ ਸਾਡੀ ਜ਼ਮੀਨ 'ਚ ਪਾਣੀ ਕੱਢਣਾ ਸਾਨੂੰ ਠੇਕਾ ਥੋੜੀ ਆ ਤੇਰੀ ਜੀਰੀ ਦਾ ਅਸੀਂ ਨਹੀਂ ਗਾਹਾਂ ਫਸਲ ਬੀਜਣੀ ਖੜ ਜਾਓ ਮੇਰੇ ਯਾਰਾਂ ਨੂੰ ਆ ਲੈਣ ਦੋ ਸਾਲਿਓ ਉਹ ਕਿਹੜੇ ਯਾਰ ਹੋ ਤੇਰੇ ਉਹ ਮੈਨੂੰ ਲੱਗਦਾ ਯਾਰ ਯੂਰ ਨਹੀਂ ਹੈਗੇ ਉਹਦੇ ਤਾਂ ਭੱਜ ਗਏ ਸੌਲ ਲੈਣ ਗਏ ਨੇ ਉਹ ਤੇਰਾ ਤਾਂ ਕੀ ਬਣਾਉਣੇ ਆ ਪਸਤੌਲ ਕੀ ਗੱਲ ਹੋ ਗਈ ਤੁਹਾਡੀ ਇੱਧਰ ਬਿਠਾਓ ਏ ਓ ਯਾਰ ਸਾਡੇ ਪਾਸੇ ਤੈਨੂੰ ਪਾਣੀ ਵੜਦਾ ਅਸੀਂ ਆਲੂ ਬੀਜਣੇ ਨੇ ਬੀ ਖਰਾਬ ਹੁੰਦਾ ਸਾਡਾ ਉੱਤੋਂ ਬਦਮਾਸ਼ੀ ਕਰਦਾ ਓਏ ਮੁੰਡੇ ਨਾਲ ਗੱਲ ਕਰ ਲੈਂਦੇ ਯਾਰ ਜੋ ਖੱਟਣ ਦੀ ਕੋਈ ਲੋੜ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਠੰਡੇ ਹੋ ਕੇ ਗੱਲ ਕਰੋ ਉਹ ਕਮਾਲ ਕਰਦੇ ਹੋ ਯਾਰ ਤੁਸੀਂ ਬੰਦਾ ਮਰਨ ਵਾਲਾ ਕਰਤਾ ਦੀ ਮੈਂ ਉਹ ਮੇਰੇ ਯਾਰ ਆਉਂਦੇ ਨਾ ਉਹ ਕਿਹੜੇ ਖੜਨਗੇ ਤੇਰੇ ਯਾਰ ਆ ਸਭ ਭੱਜ ਗਏ ਉਹ ਤੇਰੇ ਕੋਈ ਨਹੀਂ ਖੜਦਾ ਇੱਥੇ ਆ ਕੇ ਤੇਰੇ ਨਾਲ ਉਹ ਬਾਈ ਇਸ ਤਰ੍ਹਾਂ ਪਿਆਰ ਨਾਲੇ ਗੱਲ ਕਰਨ ਆਏ ਤੀ ਸਾਨੂੰ ਕਹਿੰਦਾ ਰਿਵਾਲਵਰ ਲੈ ਕੇ ਆਉਣੇ ਆ ਬਦਮਾਸ਼ੀ ਕਰਦੇ ਤੀ ਕੋਈ ਨਾ ਠੰਡਾ ਹੋ ਜਾ ਤੂੰ ਵੀ ਉਹ ਬਾਈ ਅਸੀਂ ਤੈਨੂੰ ਅੱਜ ਤੱਕ ਕਦੇ ਜਵਾਬ ਨਹੀਂ ਦਿੱਤਾ ਲੋਕਾਂ ਨਾਲ ਕਿਵੇਂ ਮਰਜ਼ੀ ਹੋਈ ਏ ਇਹ ਬਦਮਾਸ਼ੀ ਕਰਦਾ ਕੇ ਕੋਈ ਨਾ ਠੰਡੇ ਹੋ ਜਾਓ ਮੈਂ ਆਪੇ ਕਰ ਲੈਣਾ ਗੱਲ ਉਹ ਬਾਈ ਸਾਨੂੰ ਕਿਹੜਾ ਨਹੀਂ ਪਤਾ ਦੀ ਵੀ ਤੁਹਾਡੀ ਫਸਲ ਖਰਾਬ ਹੁੰਦੀ ਆ ਪਾਣੀ ਤੇਰਾ ਮੈਂ ਆਪ ਵੱਢ ਜਾਂਦਾ ਕੇ ਪਰ ਇਹਨੇ ਆ ਕੇ ਜਿਹੜਾ ਕਰਿਆ ਨਾ ਚੰਗਾ ਨਹੀਂ ਕਰਿਆ ਉਹ ਬਾਈ ਕੋਈ ਨਹੀਂ ਇਹ ਵੀ ਮੈਨੂੰ ਲੱਗਦਾ ਇਹਦੇ ਆੜੀਆਂ ਨੇ ਉਂਗਲੀ ਅੰਗਲੀ ਲਾ ਕੇ ਕਰਾਤਾ ਇਹ ਤੋਂ ਕੰਮ ਦਾਰੂ ਪੀਤੀ ਹੋਈ ਹੈ ਇਹਦੀ ਉਹੀ ਗੱਲ ਆ ਬਾਈ ਸਾਨੂੰ ਕਹਿੰਦਾ ਰਿਵਾਲਵਰ ਲੈ ਕੇ ਆਉਣੇ ਆ ਅਸੀਂ ਐਂ ਕਰਦਾਂਗੇ ਉਹ ਚੱਲ ਕੋਈ ਨਾ ਬਾਈ ਠੰਡਾ ਰਹੇ ਤੂੰ
ਕੋਈ ਨਹੀਂ ਨਿਕਲ ਜਾਣ ਦੇ ਪਾਣੀ ਕੋਈ ਨਾ ਕੋਈ ਭਾਈ ਨਿਕਲ ਜੂ ਕੋਈ ਗੱਲ ਨਹੀਂ ਹੁਣ ਸਾਨੂੰ ਕਿਹੜਾ ਪਤਾ ਨਹੀਂ ਵੀ ਫਸਲ ਖਰਾਬ ਹੋ ਰਹੀ ਆ ਐਡਾ ਤਾਂ ਕੋਈ ਮਾੜਾ ਨਹੀਂ ਹੁੰਦਾ ਵੀ ਗਵਾਂਢੀ ਦੀ ਫਸਲ ਖਰਾਬ ਹੁੰਦੀ ਹੋਵੇ ਵੀ ਪਾਣੀ ਨਾ ਕੱਢਣ ਦੇਵੇ ਸੁੱਕੇ ਪਹਾੜ 'ਚ ਨੂੰ ਬਿੱਲੇ ਇਹੋ ਜਿਹਾ ਕੰਮ ਕਾਹਨੂੰ ਕਰਨਾ ਦੀ ਤੈਂ ਯਾਰ ਬਾਈ ਸਮਝਾ ਦੇ ਇਹਨੂੰ ਅੱਗੇ ਤੋਂ ਧਿਆਨ ਰੱਖੂ ਕੋਈ ਨਾ ਮੈਂ ਕਹਿ ਦਿੰਦਾ ਇਹਨੂੰ ਆ ਦੇਖ ਲੈ ਤੇਰੇ ਨਾਲ ਦੇ ਉਂਗਲੀ ਲਾ ਕੇ ਲਾਂਘੇ ਕਟਵਾ ਦਾ ਤੈਨੂੰ ਇਕੱਲੇ ਨੂੰ ਉਹ ਆਪਣੇ ਆਪਣੇ ਹੀ ਹੁੰਦੇ ਨੇ ਦੂਜਿਆਂ ਪਿੱਛੇ ਲਾ ਕੇ ਨਾ ਆਪਣਾ ਝੁੱਗਾ ਚੌੜ ਨਹੀਂ ਕਰਾਈਦਾ ਹੁੰਦਾ ਬਾਈ ਖਾਧੀ ਪੀਤੀ 'ਚ ਪਤਾ ਨਹੀਂ ਲੱਗਿਆ ਉਹ ਨਾਲੇ ਉਹਨਾਂ ਨੂੰ ਕੀ ਪਤਾ ਯਾਰ ਕੱਲ੍ਹ ਦੇ ਜਵਾਕ ਨੇ ਉਹ ਹੁਣ ਮੈਨੂੰ ਨਹੀਂ ਪਤਾ ਵੀ ਹਾਂ ਪਾਣੀ ਕੱਢਣਾ ਇੱਧਰ ਮੇਰੀ ਗਾਹ ਮੋੜਨ ਲੱਗਿਆ ਦੀ ਉਹ ਬਾਈ ਉਹਨਾਂ ਨੂੰ ਕੀ ਪਤਾ ਵੀ ਗਵਾਂਢੀਆਂ ਨਾਲ ਕਿਵੇਂ ਵਰਤੀਦਾ ਹੁੰਦਾ ਤੂੰ ਐਵੇਂ ਉਹਨਾਂ ਪਿੱਛੇ ਲਾ ਕੇ ਕੁੱਟ ਖਾ ਲਈ ਦੱਸ ਉਂਗਲੀ ਲਾ ਕੇ ਲਾਂਘੇ ਦੇਖ ਲੈ ਛਤਰੌੜ ਦੇ ਇਹ ਤੇ ਫਿਰ ਗਿਆ ਆਪ ਤਾਂ ਵਗ ਗਏ ਉਹ ਕੱਦੇ ਆਪ ਤਾਂ ਉਹ ਲੋਕਾਂ 'ਚ ਬਹਿ ਕੇ ਸਵਾਦ ਰਹਿਣਗੇ ਗੱਲਾਂ ਕਰਕੇ ਉੱਥੇ ਕੱਲ ਨੂੰ ਇਹਦੀ ਉਹ ਬਦਨਾਮੀ ਕਰਨਗੇ ਉੱਥੇ ਜਾ ਕੇ ਹੋਰ ਹੁਣ ਬਾਈ ਇਹੋ ਜਿਹਾ ਕੰਮ ਨਹੀਂ ਕਰੀਦਾ ਹੁੰਦਾ ਬਿੱਲੇ ਗਾਹਾਂ ਨੂੰ ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲਿਆ ਕਰ ਉਹ ਬਿੱਲੇ ਜਿਹੜੀ ਗੱਲ ਪਿਆਰ ਨਾਲ ਹੱਲ ਹੋ ਜਾਵੇ ਨਾ ਉਹਦੇ ਵਰਗੀ ਰੀਸ ਨਹੀਂ ਹੁੰਦੀ ਨਾਲੇ ਇਹਨਾਂ ਦੇ ਆਪਾਂ ਨੇ ਰੋਜ਼ ਮੂੰਹ ਮੱਥੇ ਲੱਗਣਾ ਯਾਰ ਐਵੇਂ ਬੈਰ ਪਾ ਕੇ ਕੀ ਫਾਇਦਾ ਕੁੱਟਣ ਨੂੰ ਉਹਨੂੰ ਅਸੀਂ ਕੁੱਟਣ ਨਹੀਂ ਜਾਣਦੇ ਤੇ ਕਿਤੇ ਚਾਰ ਚਾਰ ਮਾਰਦੇ ਥੱਪੜ ਆਪਾਂ ਉਹਨਾਂ ਦੇ ਆਪਣੀ ਗੱਲ ਪਿਆਰ ਨਾਲੇ ਨਿਬੜ ਗਈ ਪਿਆਰ ਨਾਲੇ ਗੱਲ ਕਰਕੇ ਫਾਇਦਾ ਠੀਕ ਹੈ ਨਾ ਚਲੋ ਚਲੋ ਹਾਂਜੀ ਮਿੱਤਰੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਬਿੰਜੋ ਐਪ ਦਾ ਲਿੰਕ ਡਿਸਕ੍ਰਿਪਸ਼ਨ 'ਤੇ ਕਮੈਂਟ ਬੋਕਸ ਦੇ ਵਿੱਚ ਦਿੱਤਾ ਹੋਇਆ ਸਾਰੇ ਜਣੇ ਜਾ ਕੇ ਡਾਊਨਲੋਡ ਕਰੋ